हाँ जी हरी सिंह जी, सत श्री अकाल। सत श्री अकाल जी, की हाल चाल है? बहुत बढ़िया जी। कदों आए फिर मोड़ मंडी तो? अज ही आए जी। अच्छा जी। ठीक है सारे पिछे? बिल्कुल ठीक ठाक, बहुत बढ़िया। अच्छा, ਉਹ ਜਦੋਂ ਵੀ ਤੁਸੀਂ ਮਿਲਦੇ ਹੋ ਨਾ, ਹਾਂਜੀ, ਇੱਕ ਤਾਂ ਖੁਸ਼ੀ ਬਹੁਤ ਹੁੰਦੀ ਹੈ। ਬਿਲਕੁਲ ਜੀ। ਦੂਸਰਾ ਨਾ, ਮੈਂ ਹਮੇਸ਼ਾ ਸੋਚਦਾ ਕਿ ਤੁਹਾਡੀ ਨਾ ਮੈਂ ਇੱਕ ਆਪਣੀ ਜਿਹੜੀ ਰਿਲੇਸ਼ਨਸ਼ਿਪ ਬਣੇ, ਕਿੰਨੇ ਸਾਲ ਹੋ ਗਏ ਹੁਣ ਆਪਣੇ ਰਿਲੇਸ਼ਨ ਬਣੇ ਨੂੰ? ਅਸੀਂ 10-5-95 ਨੂੰ ਛੋਟੇ ਭਾਈ ਨੂੰ ਲੈ ਕੇ ਆਏ ਸੀਗੇ ਜੀ। ਉਹਨਾਂ ਦਾ ਤਿੱਲੀ ਫਟ ਗਈ ਸੀ, ਚੂੜਾ ਟੁੱਟ ਗਿਆ ਸੀਗਾ, ਉਹ ਟਰੱਕ ਤੋਂ ਜਿਹੜੇ ਗਿਰ ਗਏ ਸੀਗੇ, ਅੰਦਰ ਬਲੀਡਿੰਗ ਹੋ ਗਈ ਸੀ, ਉਹ ਬੱਸ ਤੋਂ ਡਿੱਗ ਪਏ ਸੀਗੇ ਜੀ। ਭੱਜੀ ਜਾਂਦੀ ਬੱਸ ਤੋਂ 60-65 ਦੇ ਕਰੀਬ ਹੋ ਗਈ ਜੀ ਉਹ। ਸਪੀਡ ਇੰਨੀ ਜ਼ਿਆਦਾ ਸੀਗੀ ਅਤੇ ਉਹ ਪਲਾਈਆਂ ਲੈ ਕੇ ਜਾ ਰਹੇ ਸੀ ਰਾਮਪੁਰੇ ਤੋਂ, ਮੌੜ ਮੰਡੀ ਨੂੰ ਜਾ ਰਹੇ ਸੀਗੇ। ਅਤੇ ਉੱਥੇ ਮਤਲਬ ਮੰਡੀ ਕਲਾਂ ਦੇ ਕੋਲ ਜਾ ਕੇ ਉਹਨਾਂ ਨੇ ਪਹਿਲਾਂ ਵਿੱਚ ਬੈਠਾ ਸੀਗਾ, ਉਹਨੇ ਕਿਹਾ ਪਲੀਆਂ ਮਤਲਬ ਪਲਾਈਆਂ ਉੱਡਣਾ ਜਾਣ, ਅਤੇ ਉਹ ਉੱਪਰ ਚੜ ਗਿਆ ਛੱਤ, ਪਲਾਈਆਂ ਦੇ ਉੱਪਰ ਜਦੋਂ ਉਹਨੇ ਪੈਰ ਧਰਿਆ ਛੱਤ ਦੇ ਉੱਤੇ, ਬੱਸ ਭੱਜੀ ਜਾਂਦੀ ਸੀਗੀ ਅਤੇ ਉਹ ਮੂਹਰੋਂ ਚੱਕੀ ਗਈ ਪਲਾਈ, ਅਤੇ ਉਹਨੇ ਮਤਲਬ ਹਵਾ ਨੇ ਚੱਕ ਲਿਆ ਉੱਪਰ, ਸਰੀਰ ਦਾ ਥੋੜ੍ਹਾ ਜਿਹਾ ਹੌਲਾ ਸੀਗਾ, ਅਤੇ ਬੱਸ ਥੱਲੋਂ ਨਿਕਲ ਗਈ ਅਤੇ ਸੜਕ 'ਤੇ ਜਾ ਪਿਆ। ਅਤੇ ਉਹਨਾਂ ਦੀ ਮਤਲਬ ਤਿੱਲੀ ਫਟ ਗਈ, ਚੂੜਾ ਟੁੱਟ ਗਿਆ, ਬਲੀਡਿੰਗ ਹੋ ਗਈ ਅੰਦਰ। ਅਸੀਂ ਉਹਨੂੰ, ਸਾਨੂੰ ਪਤਾ ਨਹੀਂ ਸੀ ਵੀ ਇਹਨੂੰ ਹੋਇਆ ਕੀ, ਅਸੀਂ ਚੱਕ ਕੇ ਰਾਮਪੁਰਾ ਫੂਲ ਲੈ ਗਏ। ਰਾਮਪੁਰਾ ਫੂਲ ਲਿਜਾ ਕੇ ਉਹ ਬੱਸ ਵਾਲੇ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਸੰਭਾਲਿਆ, ਬੱਸ ਬੈਕ ਕੀਤੀ, ਰਾਮਪੁਰਾ ਫੂਲ ਲੈ ਗਏ ਉਹ ਚੱਕ ਕੇ। ਉਹਨਾਂ ਨੇ ਜਦੋਂ ਉੱਥੇ ਜਾ ਕੇ ਕਿਸੇ ਨੀਮ ਹਕੀਮ ਦੇ ਕੋਲ ਉਹਨੂੰ ਪਾਇਆ, ਉਹ ਕਹਿੰਦੇ ਵੀ ਅਸੀਂ ਇਹਨੂੰ ਠੀਕ ਕਰ ਦਿਆਂਗੇ, ਇਹਦਾ ਚੂੜਾ ਟੁੱਟਿਆ, ਕੁਛ ਨਹੀਂ ਹੋਇਆ। ਅਸੀਂ ਮਤਲਬ ਸੀਗੇ ਮੌੜ ਮੰਡੀ, ਉਹਨਾਂ ਨੇ ਸਾਨੂੰ ਬੁਲਾਇਆ, ਉਹ ਮਾਲਕ ਨੇ ਬੱਸ ਵਾਲੇ ਨੇ ਕਿਹਾ ਵੀ ਭਾਈ ਤੁਹਾਡਾ ਇਸ ਤਰ੍ਹਾਂ ਕਰਕੇ ਕੋਈ ਸਾਨੂੰ ਨੰਬਰ ਏ ਪੇਸ਼ੈਂਟ ਨੇ ਦਿੱਤਾ ਹੈ, ਇਹ ਨੰਬਰ ਤੁਸੀਂ ਮਤਲਬ ਕੌਣ ਬੋਲਦੇ ਹੋ? ਭਾਈ ਮੈਂ ਭਾਈ ਬੋਲਦਾ ਉਹਨਾਂ ਦਾ, ਸਾਡੀ ਸਪੇਅਰ ਵਾਰਡ ਦੇ ਉੱਤੇ ਉਹ ਟੈਲੀਫੋਨ ਦਾ ਨੰਬਰ ਸੀਗਾ, ਉਹ ਕੰਟੈਕਟ 'ਤੇ ਅਸੀਂ ਮਤਲਬ ਰਾਮਪੁਰਾ ਬੁਲਾਏ, ਆ ਕੇ ਵੇਖਿਆ ਅਤੇ ਉਹ ਨੀਮ ਹਕੀਮ ਦੇ ਕੋਲ, ਹੱਡੀਆਂ ਵਾਲੇ ਦੇ ਕੋਲ, ਜਿਹੜੇ ਬੱਸ ਸਟੈਂਡ ਦੇ ਉੱਤੇ ਬੈਠੇ ਹੁੰਦੇ ਹੈਗੇ ਨੇੜੇ ਨੇੜੇ, ਉਹਨਾਂ ਨੇ ਮਤਲਬ ਉਸ ਪੇਸ਼ੈਂਟ ਨੂੰ, ਸਾਡੇ ਛੋਟੇ ਭਾਈ ਨੂੰ ਪਾ ਰੱਖਿਆ ਸੀਗਾ। ਅਤੇ ਜਦੋਂ ਅਸੀਂ ਆ ਕੇ ਉਹਨੂੰ ਵੇਖਿਆ ਅਤੇ ਉਹਦਾ ਜਿਹੜਾ ਸੀਗਾ, ਸਾਨੂੰ ਐਂ ਲੱਗਿਆ ਵੀ ਇਹ ਕੁਛ ਪਲ ਦਾ ਹੀ ਹੈ, ਉਹਦਾ ਬਿਲਕੁਲ ਜਿਹੜਾ ਸੀਗਾ ਚਿਹਰਾ ਚਿੱਟਾ ਹੋਇਆ ਪਿਆ ਸੀਗਾ। ਉਹ ਕਹਿੰਦੇ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਇਹਨੂੰ ਕੁਛ ਨਹੀਂ ਹੋਇਆ, ਜਿਹੜਾ ਇਹਦਾ ਚੂਲਾ ਟੁੱਟਿਆ ਹੈ ਇਹਦਾ ਅਸੀਂ ਹੋਰ ਪਤਾ ਨਹੀਂ ਕਿੰਨੇ ਠੀਕ ਕਰਦੇ, ਠੀਕ ਕਰ ਦੇਣਗੇ। ਸਾਡੇ ਵਾਸਤੇ ਇਹ ਪਹਿਲਾ ਕੇਸ ਸੀ, ਸਾਨੂੰ ਇਹ ਲੱਗਿਆ ਵੀ ਇਹ ਮਤਲਬ ਸਾਨੂੰ ਇਹਦੇ ਵਿੱਚ ਪਤਾ ਨਹੀਂ ਕੀ ਮਤਲਬ ਇਸ ਤਰ੍ਹਾਂ ਦਾ ਸਦਮਾ ਹੋਇਆ ਵੀ ਸਾਡਾ ਇਹ ਸਾਡੇ ਸਾਹਮਣੇ ਪਹਿਲਾ ਕੇਸ ਸੀ ਐਡਾ, ਜਿਹੜਾ ਐਡੀ ਸੱਟ ਲੱਗੀ ਇਹ। ਅਸੀਂ ਸੋਚਿਆ ਵੀ ਕਿਤੇ ਕੋਈ ਨੁਕਸਾਨ ਨਾ ਕਰ ਲਈਏ, ਛੋਟਾ ਭਾਈ ਹੈ, ਅਸੀਂ ਇਹਨੂੰ ਕਿਸੇ ਚੰਗੇ ਡਾਕਟਰ ਤੋਂ ਬਿਨਾਂ ਇਹਦਾ ਟ੍ਰੀਟਮੈਂਟ ਨਹੀਂ ਕਰਾਉਣਾ, ਤੁਸੀਂ ਜਿਹੜੇ ਥੋੜ੍ਹੇ 2 ਰੁਪਏ ਬਣਦੇ ਆ ਉਹ ਲੈ ਲਓ, ਅਸੀਂ ਤਾਂ ਇਹਨੂੰ ਲੈ ਕੇ ਜਾਵਾਂਗੇ। ਉਹ ਬੱਸ ਵਾਲਿਆਂ ਨੇ ਵੀ ਬੜਾ ਜ਼ੋਰ ਲਾਇਆ, ਉਹਨਾਂ ਨੂੰ ਇਹ ਸੀਗਾ ਵੀ ਕਿਸੇ ਗਲਤ ਥਾਂ ਬਣ ਜਾਣ, ਗਾਂ ਰਿਪੋਰਟਾਂ ਹੋ ਜਾਣ, ਸਾਡੇ 'ਤੇ ਕੇਸ ਬਣ ਜੇ। ਅਸੀਂ ਸੋਚਿਆ ਤੁਸੀਂ ਚੱਕ ਲਿਆ ਰਾਮਪੁਰਾ ਫੂਲ, ਲਿਆ 10 ਕਿਲੋਮੀਟਰ ਬਾਅਦ ਬੱਸ ਆ ਗਈ, ਤੁਹਾਡਾ ਟਾਈਮ ਖਰਾਬ ਹੋਇਆ, ਤੁਸੀਂ ਇਹਨੂੰ ਸੰਭਾਲਿਆ, ਤੁਹਾਡਾ ਧੰਨਵਾਦ, ਅਸੀਂ ਇਹ ਕੰਮ ਨਹੀਂ ਕਰਨਾ, ਤੁਹਾਡਾ ਧੰਨਵਾਦ, ਤੁਸੀਂ ਸਾਡਾ ਪੇਸ਼ੈਂਟ ਸੰਭਾਲ ਲਿਆ, ਜਿਉਂਦਾ ਸਾਹ ਇਹਦੇ 'ਚ ਹੈਗੇ, ਅਸੀਂ ਆਪਦੇ ਨੂੰ ਆਪ ਠੀਕ ਕਰਾਵਾਂਗੇ, ਮਾਲਕ ਨੇ ਚਾਹਿਆ, ਅਸੀਂ ਜਿਹੜੇ 10 ਰੁਪਏ ਲੱਗਦੇ ਆ ਕਿਸੇ ਚੰਗੇ ਡਾਕਟਰ ਸਾਹਿਬ ਕੋਲ ਜਾਵਾਂਗੇ, ਅਸੀਂ ਇਸ ਤਰ੍ਹਾਂ ਕੰਮ ਨਹੀਂ ਕਰਵਾਉਣਾ। ਉਹਨਾਂ ਨੇ ਸਾਨੂੰ ਮੁਸ਼ਕਿਲ ਨਾਲ ਪੇਸ਼ੈਂਟ ਦਿੱਤਾ, ਅਸੀਂ ਉੱਥੋਂ ਟੈਕਸੀ ਕਰਾਈ, ਬਠਿੰਡੇ ਲੈ ਕੇ ਡਾਕਟਰ ਕੈਲਾਸ਼ ਦੇ, ਸਾਡੇ ਹੱਡੀਆਂ ਵਾਲੇ ਸਾਡੇ ਦੋਸਤ ਸੀਗੇ, ਉਹ DM ਬੋਨ ਸਪੈਸ਼ਲਿਸਟ ਵਾਲਾ, ਉਹਦੇ ਕੋਲ ਚਲੇ ਗਏ। ਉਹ ਜਾ ਕੇ ਉਹਨਾਂ ਨੇ ਮਤਲਬ ਟੈਸਟ ਵਗੈਰਾ ਜਦੋਂ ਕਰੇ, ਉਹ ਕਹਿੰਦੇ ਭਾਈ ਇਹਦਾ ਤਾਂ ਮਤਲਬ ਤਿੱਲੀ ਫਟੀ ਹੋਈ ਹੈ, ਅੰਦਰ ਬਲੀਡਿੰਗ ਹੋ ਗਈ, ਚੂਲਾ ਇਹਦਾ ਟੁੱਟਿਆ ਹੋਇਆ ਹੈ, ਜੇ ਤਾਂ ਚੂਲੇ ਦਾ ਕੰਮ ਇਕੱਲਾ ਕਰਨਾ ਆਉਂਦਾ ਫਿਰ ਤਾਂ ਅਸੀਂ ਹੱਡੀਆਂ ਦੇ ਸਪੈਸ਼ਲਿਸਟ ਸੀਗੇ ਕਰ ਦਿੰਦੇ, ਬਲੀਡਿੰਗ ਹੋਈ ਹੈ ਇਹਦਾ ਓਪਰੇਸ਼ਨ ਕਰਨਾ ਪਊਗਾ, ਓਪਰੇਸ਼ਨ ਵਾਸਤੇ ਬਲੱਡ ਦੀ ਵੀ ਲੋੜ ਹੈ, ਇਹਦੇ ਅੰਦਰ ਬਲੀਡਿੰਗ ਹੋ ਗਈ, ਜੇ ਤਾਂ ਹੋ ਗਿਆ ਹੁੰਦਾ ਜ਼ਖਮ ਫਿਰ ਤਾਂ ਇਹਦੀ ਡੈਥ ਹੋ ਗਈ ਹੁੰਦੀ, ਬਲੀਡਿੰਗ ਬਹਿ ਜਾਂਦਾ ਇਹਦੇ ਅੰਦਰ, ਮਤਲਬ ਜ਼ਖਮ ਤਾਂ ਬਾਹਰ ਕੋਈ ਹੋਇਆ ਨਹੀਂ, ਅੰਦਰ ਬਲੀਡਿੰਗ ਹੋ ਕੇ ਭਰਿਆ ਪਿਆ, ਇਹ ਓਪਰੇਸ਼ਨ ਵੱਡਾ ਹੋਊਗਾ, ਇਹਦਾ ਸਾਡੇ ਵੱਸ ਦਾ ਰੋਗ ਨਹੀਂ, ਇਹਨੂੰ ਫਟਾਫਟ DMC ਲਿਜਾਇਆ ਜਾਵੇ। ਉਹਨਾਂ ਨੇ ਸਾਨੂੰ ਗਰੁੱਪ ਟੈਸਟ ਕਰਕੇ ਦਿੱਤਾ, AB ਪੋਜ਼ੀਟਿਵ ਗਰੁੱਪ ਸੀਗਾ, ਜਿਹੜਾ ਮੁਸ਼ਕਿਲ ਨਾਲ ਮਿਲਦਾ। ਉੱਥੋਂ ਅਸੀਂ ਫਟਾਫਟ ਐਂਬੂਲੈਂਸ ਲਈ ਅਤੇ DMC ਨੂੰ ਉਹਨਾਂ ਨੇ ਰੈਫਰ ਕਰਤਾ, ਅਸੀਂ DMC ਚਲੇ ਆਏ। DMC ਆ ਕੇ ਫਟਾਫਟ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਸਾਨੂੰ ਲੈ ਲਿਆ। ਐਮਰਜੈਂਸੀ 'ਚ ਲੈਣ ਸਾਰ ਉਹ ਕਹਿੰਦੇ ਜੀ ਬਲੱਡ 9-10 ਯੂਨਿਟ ਦਾ ਇੰਤਜ਼ਾਮ ਕਰੋ। ਅਸੀਂ ਮਤਲਬ ਬੈਕ ਫੋਨ ਕਰਤਾ ਸੀ ਮੌੜ ਮੰਡੀ ਬਠਿੰਡੇ ਤੋਂ ਚੱਲਦੇ ਵੇਲੇ ਵੀ ਤੁਸੀਂ ਭਾਈ ਫਟਾਫਟ ਇਸ ਤਰ੍ਹਾਂ ਬਲੀਡਿੰਗ ਦੀ ਜ਼ਰੂਰਤ ਪਊ, ਡਾਕਟਰ ਸਾਹਿਬ ਕਹਿੰਦੇ ਆ ਤੁਸੀਂ ਬੰਦੇ ਲੈ ਕੇ ਆਓ। ਉਹਨਾਂ ਨੇ 2 ਜੀਪਾਂ ਬਲੱਡ ਦੇਣ ਵਾਸਤੇ ਮੌੜ ਮੰਡੀ ਤੋਂ ਲੁਧਿਆਣੇ ਵਾਸਤੇ
ਭੇਜਤੀਆਂ। ਡੀਜ਼ਲ ਦੀ ਵੀ ਬੜੀ ਕਿੱਲਤ ਸੀ ਉਸ ਸਾਲ, ਡੀਜ਼ਲ ਨਹੀਂ ਮਿਲ ਰਿਹਾ ਸੀਗਾ। ਪਤਾ ਨਹੀਂ ਕਿਸ ਤਰ੍ਹਾਂ ਅਰੇਂਜ ਕਰਕੇ ਉੱਥੋਂ ਸਾਰਾ ਜਿਹੜਾ ਸੀਗਾ ਉਹਨਾਂ ਨੇ ਅਰੇਂਜ ਕਰਕੇ ਬੰਦੇ ਲੈ ਕੇ ਟੈਸਟ ਕਰਵਾ ਕੇ, ਏ ਬੀ ਪੋਜ਼ਿਟਿਵ ਗਰੁੱਪ ਮਿਲੇ ਕਿਤੋਂ ਨਾ। ਉਹ ਕਹਿੰਦੇ ਚਲੋ ਬਲੱਡ ਤਾਂ ਦੇਣਾ ਹੀ ਪੈਣਾ, ਫਟਾਫਟ ਉੱਥੋਂ ਮਤਲਬ ਸਾਡੇ ਮਗਰੀ ਅੱਧੇ ਘੰਟੇ ਘੰਟੇ ਦੇ ਵਕਫੇ ਦੇ ਵਿੱਚ ਉਹ ਸਾਡੇ ਮਗਰ ਆ ਗਏ। ਅਸੀਂ ਡੀ ਐਮ ਸੀ ਐਮਰਜੈਂਸੀ ਦੇ ਵਿੱਚ ਜਦੋਂ ਵਾਰਡ ਦੇ ਵਿੱਚ ਪੇਸ਼ੈਂਟ ਨੂੰ ਲੈ ਕੇ ਗਏ, ਉਹ ਕਹਿੰਦੇ ਜੀ ਬਲੱਡ ਦਾ ਇੰਤਜ਼ਾਮ ਕਰੋ, ਉਹਦਾ ਆਪਰੇਸ਼ਨ ਹੋਊਗਾ, ਆਪਰੇਸ਼ਨ ਵਾਸਤੇ ਬਲੱਡ ਦੀ ਲੋੜ ਹੈ। ਅਸੀਂ ਕਿਹਾ ਜੀ ਬੰਦੇ ਸਾਡੇ ਆ ਰਹੇ ਆ 10-20 ਮਿੰਟ ਦੇ ਵਿੱਚ। ਉਹਨਾਂ ਨੇ ਆਪਦੀ ਫਸਟ ਏਡ ਜਿਹੜੀ ਸੀਗੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਮਤਲਬ ਇਹ ਗੱਲ ਹੈਗੀ, ਮਤਲਬ ਦਿਨੇ 1:30 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਸੀ ਅਤੇ ਅਸੀਂ 8 ਵਜੇ ਦੇ ਕਰੀਬ ਬਠਿੰਡੇ ਤੋਂ ਹੁੰਦੇ ਹੋਏ ਮਤਲਬ ਲੁਧਿਆਣੇ ਪਹੁੰਚ ਗਏ ਸੀ। ਇਹਨੇ ਥੋੜ੍ਹੇ ਸਮੇਂ ਦੇ ਵਿੱਚ ਬੜੀ ਕੋਸ਼ਿਸ਼ ਜਲਦੀ ਕਰੀ। ਫਿਰ ਉਹਨਾਂ ਨੇ ਆ ਕੇ ਜਦੋਂ ਮਤਲਬ ਸਾਰਾ ਚੈੱਕਅਪ ਕੀਤਾ, ਕਿਉਂਕਿ ਸਾਡਾ ਲੁਧਿਆਣੇ ਇਹ ਵਿਜਿਟ ਦੇ ਵਿੱਚ ਇਸ ਮਸਲੇ ਦੇ ਵਿੱਚ ਪਹਿਲਾ ਚਾਂਸ ਸੀ, ਅਸੀਂ ਕਿਸੇ ਨੂੰ ਕੁਛ ਨਹੀਂ ਜਾਣਦੇ ਸੀ, ਅਸੀਂ ਲੁਧਿਆਣੇ ਦਾ ਮੂਵੀ ਨਹੀਂ ਵੇਖਿਆ ਸੀ। ਡੀ ਐਮ ਸੀ 'ਚ ਆ ਕੇ ਸਾਨੂੰ ਇਹ ਲੱਗਿਆ ਵੀ ਪਤਾ ਨਹੀਂ ਕਿੱਡਾ ਘਬਾ ਅੱਡ ਕੇ ਪਿਆ, ਪਤਾ ਨਹੀਂ ਇੱਥੋਂ ਬਚਾਂਗੇ ਨਿਕਲਾਂਗੇ ਮਰਾਂਗੇ, ਸਾਨੂੰ ਸਾਡਾ ਪਤਾ ਨਹੀਂ ਸਾਡੇ ਨਾਲ ਕੀ ਹਾਲ ਹੋਣਾ, ਸਾਡੇ ਭਾਈ ਦਾ ਪਤਾ ਨਹੀਂ ਕੀ ਹਾਲ ਹੋਊ। ਕਿਉਂਕਿ ਪਿਛਲਾ ਰਿਕਾਰਡ ਸੀ ਜਿਹੜਾ ਲੋਕਾਂ ਨਾਲ ਅਸੀਂ ਵਾਸਤਾ ਰੱਖਦੇ ਸੀਗੇ, ਕਹਿੰਦੇ ਜੀ ਡੀ ਐਮ ਸੀ ਤਾਂ ਜਿਹੜਾ ਵਗ ਜਾਂਦਾ ਉਹ ਬਚਦਾ ਹੀ ਨਹੀਂ ਜੀ, ਜਿਹੜਾ ਉੱਥੇ ਜਾਂਦਾ ਉਹਨੂੰ ਤਾਂ ਜਮੇ ਹੀ ਖਤਮ ਕਰ ਦਿੰਦੇ ਆ, ਇੰਨੇ ਪੈਸੇ ਲਵਾਉਂਦੇ ਆ, ਇਸ ਤਰ੍ਹਾਂ ਕਰਦੇ ਆ। ਸਾਨੂੰ ਬੜਾ ਇਸ ਗੱਲ ਦਾ ਮਤਲਬ ਮਨ ਦੇ ਵਿੱਚ ਡਰ ਸੀਗਾ ਵੀ ਇਹ ਪਤਾ ਨਹੀਂ ਕਿਸ ਤਰ੍ਹਾਂ ਹੋਊਗਾ। ਚਲੋ ਜੀ ਅਸੀਂ ਸੋਚਿਆ ਵੀ ਚਲੋ ਕੋਈ ਨਹੀਂ, ਜਿਹੜਾ ਕੋਈ ਮਾਲਕ ਨੇ ਕਰਨਾ ਹੈ, ਪਰਮਾਤਮਾ ਦੀ ਗੱਲ ਹੈ, ਇਹ ਤਾਂ ਹੁਣ ਸੱਟ ਲੱਗ ਗਈ, ਇਲਾਜ ਵੀ ਕਰਾਉਣਾ, ਜਿਵੇਂ ਹੋਊ ਵੇਖੀ ਜਾਊ। ਚਲੋ ਜੀ ਟ੍ਰੀਟਮੈਂਟ ਸਾਡਾ ਹੋ ਗਿਆ, ਲਾਈਨ ਸਾਨੂੰ ਮਿਲ ਗਈ, ਅਸੀਂ ਉਹ ਮਤਲਬ ਡਾਕਟਰ ਸਾਹਿਬ ਨੇ ਜਿਹੜੇ ਉੱਥੇ ਅੰਦਰ ਐਮਰਜੈਂਸੀ ਦੇ ਵਿੱਚ ਸੀਗੇ ਵਾਰਡ ਦੇ ਵਿੱਚ, ਉਹਨਾਂ ਨੇ ਸਾਰਾ ਆਪਦਾ ਟ੍ਰੀਟਮੈਂਟ ਬੋਤਲਾਂ ਵਗੈਰਾ ਚਾਲੂ ਕਰਤੀਆਂ। ਅੰਦਰੋਂ ਆਪਰੇਸ਼ਨ ਕਰਕੇ ਆਉਂਦੇ ਡਾਕਟਰ ਸਾਹਿਬ, ਪੇਸ਼ੈਂਟ ਸਾਡਾ ਦੇਖ ਜਾਂਦੇ, ਅੰਦਰ ਕਰ ਆਪਰੇਸ਼ਨ ਕਰਕੇ ਆਉਂਦੇ ਡਾਕਟਰ ਸਾਹਿਬ, ਪੇਸ਼ੈਂਟ ਸਾਡਾ ਦੇਖ ਜਾਂਦੇ। ਚੱਲਦਾ ਰਿਹਾ 10-10:30 ਦੇ ਕਰੀਬ, ਮਤਲਬ ਅਸੀਂ 8 ਵਜੇ ਦੇ ਕਰੀਬ ਤਾਂ ਪਹੁੰਚੇ ਸੀ ਐਮਰਜੈਂਸੀ ਦੇ ਵਿੱਚ, 10-10:30 ਦੇ ਕਰੀਬ ਜਦੋਂ ਅਸੀਂ ਮਤਲਬ ਉੱਥੇ ਆਏ, ਟਾਈਮ ਸਾਡਾ ਹੋਇਆ, ਡਾਕਟਰ ਸਾਹਿਬ ਇੱਕ ਅੰਦਰੋਂ ਆਏ, ਜੇਬ ਦੇ ਉੱਤੇ ਬਿੱਲਾ ਲੱਗਿਆ ਸੀ ਡਾਕਟਰ ਨਰੋਤਨ ਦੀਵਾਨ, ਉਹਨਾਂ ਨੇ ਸਾਡੇ ਡਾਕਟਰ ਸਾਹਿਬ ਨੂੰ ਮਤਲਬ ਇਹ ਜਿਹੜਾ ਸੀਗਾ ਸਾਡੇ ਪੇਸ਼ੈਂਟ ਨੂੰ ਚੈੱਕਅਪ ਕੀਤਾ। ਚੈੱਕਅਪ ਕਰਕੇ ਉਹ ਕਹਿੰਦੇ ਵੀ ਭਾਈ ਇਹਨੂੰ ਬਲੱਡ ਦੀ ਜ਼ਰੂਰਤ ਹੈ, ਬਲੱਡ ਦਾ ਇੰਤਜ਼ਾਮ ਤੁਸੀਂ ਕੀਤਾ। ਅਸੀਂ ਕਿਹਾ ਜੀ ਸਾਡੇ ਕੋਲ 2 ਜੀਪਾਂ ਮੌੜ ਮੰਡੀ ਤੋਂ ਭਰ ਕੇ ਆ ਗਈਆਂ, ਲਗਭਗ 20 ਸਾਡੇ ਕੋਲ ਬਾਹਰ ਖੜ੍ਹੇ ਹੈ ਜਿਹੜੇ ਬਲੱਡ ਦੇਣ ਵਾਲੇ ਡੋਨਰ ਹੈਗੇ ਹੈਗੇ। ਜੇ ਤੁਸੀਂ ਕਹੋ ਵੀ ਏ ਬੀ ਪੋਜ਼ਿਟਿਵ ਗਰੁੱਪ ਵਾਲੇ ਸਾਰੇ ਲਿਆ ਕੇ ਦਿਓ, ਸਾਡੇ ਕੋਲ ਪੋਸੀਬਲ ਨਹੀਂ ਹੈ, ਅਸੀਂ ਇਹ ਕਿੱਥੋਂ ਲੈ ਕੇ ਆਵਾਂਗੇ, ਇੰਨਾ ਕਿੱਥੋਂ ਛਾਣ ਪੀਣ ਕਰਾਂਗੇ, ਬੰਦੇ ਸਾਡੇ ਕੋਲ ਹੈਗੇ ਆ, ਅਰੇਂਜ ਤੁਸੀਂ ਕਰਨਾ ਜਿਵੇਂ ਮਰਜ਼ੀ ਕਰੋ, ਅਸੀਂ ਤੁਸੀਂ 9-10 ਕਹਿੰਦੇ ਹੋ, ਭਾਵੇਂ 20 ਲੈ ਲਓ, 30 ਲੈ ਲਓ, ਜਿੰਨਾ ਬਲੱਡ ਯੂਨਿਟ ਕਹੋ ਅਸੀਂ ਦੇ ਸਕਦੇ ਹਾਂ। ਏ ਬੀ ਪੋਜ਼ਿਟਿਵ ਗਰੁੱਪ ਜਿਹੜਾ ਹੈਗਾ ਸੇਮ, ਤਾਂ ਸਾਡੇ ਕੋਲ ਐਡਾ ਇੰਤਜ਼ਾਮ ਹੋ ਨਹੀਂ ਸਕਦਾ। ਚਲੋ ਜੀ ਚੈੱਕਅਪ ਕਰਕੇ ਮੁੜ ਗਏ, ਉਹ ਡਾਕਟਰ ਸਾਹਿਬ ਕੁਛ ਨਹੀਂ ਬੋਲੇ। ਫਿਰ ਮਤਲਬ ਚੱਲਦਾ ਰਿਹਾ, ਅਸੀਂ ਕਿਹਾ ਜੀ ਸਾਡਾ ਪੇਸ਼ੈਂਟ ਤੰਗ ਹੈ, ਚੀਕਾਂ ਮਾਰਦਾ, ਬੁਰਾ ਹਾਲ ਹੈ, ਤੁਸੀਂ ਤੁਹਾਡਾ ਮੁਤਾਬਕ ਇਹ ਮਤਲਬ ਬਲੀਡਿੰਗ ਹੋਈ ਵੀ ਅੰਦਰ, ਵੀ ਸਾਡਾ ਪੇਸ਼ੈਂਟ ਕਿਤੇ ਅਸੀਂ ਨੁਕਸਾਨੇ ਨਾ ਜਾਈਏ, ਸਾਡਾ ਪੇਸ਼ੈਂਟ ਦੀ ਡੈਥ ਨਾ ਹੋ ਜਾਏ। ਉੱਥੋਂ ਵਾਲੇ ਕਹਿੰਦੇ ਬਈ ਜਿਹੜੀ ਲਾਈਨ ਲੱਗੀ ਹੋਈ ਹੈ 1-2-4 ਜਿਹੜੇ ਮਤਲਬ ਜਿਸ ਤਰ੍ਹਾਂ ਹੈ ਨੰਬਰ ਦਾ ਜਦੋਂ ਆਇਆ ਉਹਦੇ ਆਊ, ਲਗਭਗ 2-2.5 ਵੱਜਣਗੇ। ਜਿਹੜੇ ਦੂਜੇ ਪੇਸ਼ੈਂਟ ਹੈ ਉਹ ਵੀ ਤਾਂ ਉਸੇ ਰੱਬ ਦੇ ਹੀ ਪਿਆਰੇ ਹੈ, ਇਹ ਨਹੀਂ ਹੋ ਸਕਦਾ ਨੰਬਰ ਕੱਟ ਕੇ ਤਾਂ ਅਸੀਂ ਤੁਹਾਡਾ ਨੇੜੇ ਕਰ ਨਹੀਂ ਸਕਦੇ। ਜਿਸ ਤਰ੍ਹਾਂ ਇਹ ਲਾਈਨ ਚੱਲੂ ਤਾਂ ਉਵੇਂ ਕੁਛ ਨਹੀਂ ਹੁੰਦਾ, ਤੁਹਾਡੇ ਪੇਸ਼ੈਂਟ ਨੂੰ ਅਸੀਂ ਸੰਭਾਲ ਲਿਆ, ਕੋਈ ਦਿੱਕਤ ਵਾਲੀ ਗੱਲ ਨਹੀਂ, ਪਰਮਾਤਮਾ ਨੇ ਕਰਨਾ ਠੀਕ ਹੋ ਜੂਗਾ। ਆਪਰੇਸ਼ਨ ਦਾ ਟਾਈਮ 1-1.5 ਘੰਟੇ ਤੋਂ ਪਹਿਲਾਂ ਮਤਲਬ ਡਾਕਟਰ ਐਮ ਐਲ ਗੁਪਤਾ ਉੱਥੇ ਸੀਗੇ, ਉਹਨਾਂ ਦੇ ਡਾਕਟਰ ਸਾਹਿਬ ਦੇ ਚੀਫ, ਉਹ ਕਹਿੰਦੇ ਵੀ ਬਲੱਡ ਦਾ ਇੰਤਜ਼ਾਮ ਹੋ ਗਿਆ। ਅਸੀਂ ਕਿਹਾ ਜੀ ਬਲੱਡ ਦਾ ਇੰਤਜ਼ਾਮ ਤਾਂ ਸਾਡੇ ਕੋਲ ਬਾਹਰ ਜਿਹੜੇ ਬੈਠੇ ਆ ਬੰਦੇ ਸਾਡੇ ਕੋਲ 25-30 ਆਏ, ਚਾਹੇ ਸਾਰਿਆਂ ਦਾ ਲੈ ਲਓ, ਤੁਹਾਨੂੰ 9 ਯੂਨਿਟ ਚਾਹੀਦਾ, ਚਾਹੇ 30 ਯੂਨਿਟ ਅਸੀਂ ਬਲੱਡ ਤੁਹਾਨੂੰ ਦੇ ਦਿੰਦੇ ਹਾਂ। ਪਰ ਏ ਬੀ ਪੋਜ਼ਿਟਿਵ ਤਾਂ ਸਾਡੇ ਕੋਲ ਅਰੇਂਜ ਹੁੰਦਾ ਨਹੀਂ, 1-2 ਹੋਣਗੇ। ਅਸੀਂ ਚੈੱਕਅਪ ਕਰਵਾਇਆ, 2-3 ਯੂਨਿਟ ਸਾਡੇ ਕੋਲ ਆਪਦੇ ਉਸ ਗਰੁੱਪ ਦੇ ਬਣਦੇ ਸੀਗੇ। ਫਿਰ ਇਹ ਮਤਲਬ ਜਿਹੜਾ ਸਾਰਾ ਚੱਲਿਆ, ਉਹ ਡਾਕਟਰ ਕਹਿੰਦਾ ਵੀ ਇਹਨੂੰ ਮਤਲਬ ਜੇ ਬਲੱਡ ਦਾ ਇੰਤਜ਼ਾਮ ਸਮੇਂ ਦਾ ਨਹੀਂ ਕਰਕੇ ਦਿੰਦੇ, ਐਮ ਐਲ ਗੁਪਤਾ ਕਹਿੰਦਾ ਵੀ ਜੇ ਬਲੱਡ ਦਾ ਇੰਤਜ਼ਾਮ ਨਹੀਂ ਕਰਕੇ ਦਿੰਦੇ ਤਾਂ ਇਹਨੂੰ ਸੀ ਐਮ ਸੀ ਰੈਫਰ ਕਰ ਦਿਓ। ਅੰਦਰੋਂ ਡਾਕਟਰ ਸਾਹਿਬ ਆਏ, ਇੱਕ ਡਾਕਟਰ ਨਰੋਤਨ ਦੀਵਾਨ ਉੱਪਰ ਲਿਖਿਆ ਹੋਇਆ ਸੀਗਾ ਬਿੱਲੇ ਦੇ ਉੱਤੇ, ਜਾਣਦੇ ਵੀ ਨਹੀਂ ਸੀ, ਸਾਡਾ ਤਾਂ ਪਹਿਲੀ ਪੇਸ਼ੈਂਟ ਸੀ ਹਸਪਤਾਲ 'ਚ। ਉਹ ਕਹਿੰਦੇ ਵੀ ਤੁਸੀਂ ਮਤਲਬ ਡਾਕਟਰ ਸਾਹਿਬ ਨਾਲ ਉਹਨਾਂ ਦੇ ਤਕਰਾਰ ਹੋ ਗਏ, ਉਹ ਕਹਿੰਦੇ ਵੀ ਇਹ ਜਿਹੜੇ
ਪੇਸ਼ੈਂਟ 8 ਵਜੇ ਦਾ ਇੱਥੇ ਪਿਆ ਹੈ, ਜੇ ਇਹਦੀ ਡੈਥ ਹੋ ਗਈ ਰਸਤੇ ਤੁਸੀਂ ਇੱਥੋਂ ਨੂੰ ਭੇਜ ਦਿਓ, ਇਹਦਾ ਜ਼ਿੰਮੇਦਾਰ ਕੌਣ ਹੈ? ਉਸ ਡਾਕਟਰ ਸਾਹਿਬ ਨੇ ਸਾਡੀ ਹੈਲਪ ਕਰੀ, ਫਿਰ ਮਤਲਬ ਉਹ ਐਮਐਲ ਤੱਕ ਇਹ ਕਹਿ ਕੇ ਚਲਾ ਗਿਆ ਐਮਐਲ ਗੁਪਤਾ ਦਾ ਵੀ ਭਾਈ ਨੂੰ ਰੈਫਰ ਕਰ ਦਿਓ। ਉਹ ਡਾਕਟਰ ਸਾਹਿਬ ਕਹਿੰਦੇ ਖੜੋ, ਅਸੀਂ ਇਹਦਾ ਕੋਈ ਸੋਰਸ ਲੱਭਦੇ ਹਾਂ। ਫਿਰ ਉਹਨਾਂ ਨੇ ਇੱਕ ਫੋਨ ਚੱਕਿਆ, ਫੋਨ ਚੱਕ ਕੇ ਹਸਪਤਾਲ ਕਿਸੇ ਜਾਂ ਕਿਸੇ ਪਤਾ ਨਹੀਂ ਕੌਣ, ਮਤਲਬ ਰਾਤ ਦੇ 11:30 ਵਜੇ ਲੁਧਿਆਣੇ ਜਾਂ ਕਿਤੇ ਹੋਰ, ਸਾਨੂੰ ਨਹੀਂ ਪਤਾ ਕਿੱਥੇ ਫੋਨ ਕਰਿਆ, ਫੋਨ ਮਿਲਾਇਆ, ਉਹ ਕੋਈ ਡਾਕਟਰ ਬਲੱਡ ਦਾ ਕੋਈ ਸਪੈਸ਼ਲਿਸਟ ਹੋਣਾ, ਉਹਨਾਂ ਨਾਲ ਡਾਕਟਰ ਸਾਹਿਬ ਨੇ ਕੰਸਲਟ ਕੀਤਾ। ਉਹ ਡਾਕਟਰ ਅਗਲੇ ਕਹਿੰਦੇ ਭਾਈ ਅੱਧੇ ਘੰਟੇ ਬਾਅਦ ਸਾਡੇ ਨਾਲ ਦੁਬਾਰੇ ਤਾਲਮੇਲ ਕਰਿਓ। ਅੱਧੇ ਘੰਟੇ ਬਾਅਦ ਡਾਕਟਰ ਸਾਹਿਬ ਦੁਬਾਰਾ ਫਿਰ ਆਏ, ਇੰਨੇ ਸਾਡੇ ਪੇਸ਼ੈਂਟ ਦਾ ਵੀ ਨੰਬਰ ਨੇੜੇ ਆ ਗਿਆ। ਫਿਰ ਡਾਕਟਰ ਸਾਹਿਬ ਨੇ ਫਿਰ ਸਾਡੇ ਵਾਸਤੇ ਕੰਸਲਟ ਕੀਤਾ। ਪੇਸ਼ੈਂਟ ਦਾ ਜਿਹੜਾ ਮਤਲਬ ਇੱਕ ਧਰਮ ਨਿਭਾਉਣ ਵਾਲਾ ਡਾਕਟਰ ਦਾ ਇੱਕ ਫਰਜ਼ ਹੁੰਦਾ ਜਿਹੜਾ, ਉਹ ਪੂਰਾ ਕੀਤਾ ਉਹਨਾਂ ਨੇ ਸਾਡੇ ਵਾਸਤੇ। ਉਹਨਾਂ ਨੇ ਦੁਬਾਰਾ, ਕਿਉਂਕਿ ਸਾਡੇ ਕਿਹੜਾ ਕੋਈ ਤਾਲਮੇਲ ਸੀਗਾ, ਇੱਕ ਪੇਸ਼ੈਂਟ ਦਾ ਦਰਦ ਲੈਣ ਵਾਲਾ ਡਾਕਟਰ ਇੱਕ ਕਿੱਤੇ ਵਜੋਂ ਜਿਹੜਾ ਸਹੀ ਤਰੀਕੇ ਨਾਲ ਆਪਦੇ ਦਰਦ ਨੂੰ ਲੈਂਦਾ ਹੈ, ਉਹ ਕੋਈ ਕੋਈ ਇਸ ਦੁਨੀਆ 'ਤੇ ਹਰ ਕਿਸਮ ਦੇ ਬੰਦੇ ਬੈਠੇ, ਕੋਈ ਘਾਟ ਨਹੀਂ ਹੈ। ਮਤਲਬ ਹਰ ਬੰਦੇ ਨੂੰ ਇਹ ਕੁਆਲਿਟੀ ਹਰ ਬੰਦੇ ਦੇ ਵਿੱਚ ਨਹੀਂ ਹੁੰਦੀ। ਉਹਨਾਂ ਨੇ, ਉਹਨਾਂ ਨੂੰ ਇਹ ਕੀ ਪਤਾ ਸੀ ਵੀ ਬੰਦੇ ਕੌਣ ਹੈ, ਕਿਸ ਤਰ੍ਹਾਂ, ਉਹ ਇੱਕ ਪੇਸ਼ੈਂਟ ਦੇ ਮਸਲੇ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸੀਗਾ ਸਾਰਾ ਕੁਛ ਕੀਤਾ। ਦੁਬਾਰਾ ਫਿਰ ਫੋਨ ਕੀਤਾ, ਉਹ ਡਾਕਟਰ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੀ ਮਤਲਬ ਤੁਸੀਂ ਇਹਨੂੰ ਉਹ ਪੋਜ਼ੀਟਿਵ ਗਰੁੱਪ ਲਾ ਸਕਦੇ ਹੋ। ਫਿਰ ਡਾਕਟਰ ਸਾਹਿਬ ਨੇ ਸਾਨੂੰ ਕਿਹਾ ਵੀ ਭਾਈ ਤੁਸੀਂ ਉਹ ਪੋਜ਼ੀਟਿਵ ਜਿਹੜਾ ਹੈਗਾ ਬਲੱਡ ਬੈਂਕ ਦੇ ਵਿੱਚ ਪਤਾ ਕਰਕੇ ਉਹ ਕਿੰਨਾ, ਇਹ ਰੇਂਜ ਹੋ ਜੂ। ਅਸੀਂ ਕਿਹਾ ਜੀ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਸਾਥੋਂ ਬਲੱਡ ਲੈ ਲਓ, ਉਹ ਪੋਜ਼ੀਟਿਵ ਅਸੀਂ ਜਾ ਕੇ ਪਤਾ ਕਰਿਆ ਉਹਨੇ ਕਿੰਨਾ। ਉਹ ਗਾਹਾਂ ਬਲੱਡ ਬੈਂਕ ਵਾਲੇ ਕਹਿੰਦੇ ਵੀ ਜਿੰਨਾ ਮਰਜ਼ੀ ਲੈ ਲਓ, ਉਹ ਪੋਜ਼ੀਟਿਵ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਡਾਕਟਰ ਸਾਹਿਬ ਨੇ ਰਿਕਮੈਂਡ ਕਰਤਾ, ਕਹਿੰਦੇ ਵੀ 9 ਯੂਨਿਟ ਬਲੱਡ ਸਾਨੂੰ ਤੁਸੀਂ ਉਹ ਪੋਜ਼ੀਟਿਵ ਜਿਹੜਾ ਹੈਗਾ ਉਹ ਅਰੇਂਜ ਕਰਕੇ ਦਿਓ, ਲਿਆ ਕੇ ਦਿਓ, ਅਤੇ ਅਸੀਂ ਓਪਰੇਸ਼ਨ ਦਾ ਜਿਹੜਾ ਟਾਈਮ ਹੈ ਉਹ ਸਾਡਾ ਤਿਆਰੀ ਹੈ ਹੋ ਜੂ। ਅਸੀਂ ਉਹਨਾਂ ਨੂੰ ਬਲੱਡ ਲਿਆ ਕੇ ਦਿੱਤਾ, ਸਾਡੇ ਪੇਸ਼ੈਂਟ ਨੂੰ ਲਗਭਗ 2:30-3 ਵਜੇ ਦੇ ਕਰੀਬ ਲੈ ਕੇ ਗਏ ਅੰਦਰ। ਹੱਡੀਆਂ ਵਾਲੇ ਦਾ ਵੱਖਰਾ ਸੀ, ਹੋਰ ਸੀ, ਪਤਾ ਨਹੀਂ ਸਾਨੂੰ ਕਿਸ ਤਰ੍ਹਾਂ, ਕਿੰਨੀ ਕੁ ਟੀਮ ਉੱਥੇ ਅੰਦਰ ਪੂਰਾ ਸਟਾਫ ਸੀਗਾ। ਸਾਡਾ ਪੇਸ਼ੈਂਟ ਉਹਨਾਂ ਨੇ ਲਗਭਗ ਸਵੇਰੇ 7:30 ਵਜੇ ਦੇ ਕਰੀਬ ਬਾਹਰ ਆਊਟ ਕੀਤਾ ਜੀ ਓਪਰੇਸ਼ਨ ਥੀਏਟਰ ਦੇ ਵਿੱਚੋਂ। ਜਦੋਂ ਮਤਲਬ ਉਹ ਇੱਕ ਭਾਂਡੇ ਜਿਹਦੇ ਵਿੱਚ ਪਾ ਕੇ ਲੈ ਕੇ ਆਏ, ਜਿਹੜੀ ਤਿੱਲੀ ਫਟੀ ਹੋਈ ਸੀ, ਸਾਨੂੰ ਤਾਂ ਪਤਾ ਨਹੀਂ ਸੀ ਵੀ ਕੀ ਹੈ ਇਹ। ਸਾਨੂੰ ਡਾਕਟਰ ਸਾਹਿਬ ਨੇ ਜਦੋਂ ਬਾਹਰ ਲਿਆ ਕੇ ਵਿਖਾਇਆ, ਉਹ ਫਟੀ ਹੋਈ ਅਤੇ ਬਲੀਡਿੰਗ ਸਾਰੀ ਹੋਈ ਵੀ, ਸਾਨੂੰ ਉਹ ਇੱਕ ਭਾਂਡੇ ਦੇ ਵਿੱਚ ਪਈ, ਸਾਨੂੰ ਚੈੱਕ ਦਿਖਾਈ, ਸਾਨੂੰ ਤਾਂ ਅਸੀਂ ਤਾਂ ਇਹ ਵੇਖ ਵੀ ਨਹੀਂ ਸਕਦੇ ਸੀਗੇ ਵੀ ਕੀ ਹੈ। ਉਦੋਂ ਮੈਂ ਡਾਕਟਰ ਸਾਹਿਬ ਦੇ ਜੇਬ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਸੀਗਾ, ਡਾਕਟਰ ਨਰੋਤਨ ਦੀਵਾਨ। ਉੱਥੋਂ ਮੈਂ ਪੜ੍ਹਿਆ ਥੋੜ੍ਹਾ ਥੋੜ੍ਹਾ, ਮੈਂ ਅੰਗਰੇਜ਼ੀ ਥੋੜ੍ਹੀ ਜਾਣਦਾ ਸੀ, ਕਿਉਂਕਿ ਅਸੀਂ ਬਠਿੰਡਾ ਏਰੀਏ ਦੇ ਲੋਕ ਹਾਂ, ਲਗਭਗ ਅਨਪੜ੍ਹ ਵਰਗੇ ਹਾਂ, ਸਾਨੂੰ ਫਿਰ ਵੀ ਥੋੜ੍ਹਾ ਥੋੜ੍ਹਾ ਗਿਆਨ ਸੀਗਾ ਵੀ ਚਲੋ ਪੜ੍ਹ ਲਈਏ, ਕੰਸਲਟ ਕਰਨਾ ਪੈਂਦਾ ਜਾਂ ਤਾਲਮੇਲ ਕਿਸ ਤਰ੍ਹਾਂ। ਅਸੀਂ ਉਹ ਡਾਕਟਰ ਨਰੋਤਨ ਦੀਵਾਨ ਸਿਰਫ ਇੰਨਾ ਹੀ ਪੜ੍ਹਿਆ, ਮੈਂ ਪੜ੍ਹ ਕੇ ਮੈਂ ਉਹ ਨੰਬਰ 'ਤੇ ਮਤਲਬ ਜਿਹੜਾ ਸੀਗਾ, ਸਾਨੂੰ ਤਾਂ ਹੁਣ ਸ਼ਾਂਤ ਹੋ ਗਏ ਵੀ ਚਲੋ ਠੀਕ ਹੋ ਗਿਆ। ਪੇਸ਼ੈਂਟ ਨੂੰ ਐਮਰਜੈਂਸੀ ICU ਵਾਰਡ ਦੇ ਵਿੱਚ ਸ਼ਿਫਟ ਕਰਤਾ, ਉੱਥੇ ਚਲੇ ਗਏ। ਅਸੀਂ ਆਪਦੇ ਪੇਸ਼ੈਂਟ ਦੇ ਜਿਹੜਾ ਸੀਗਾ ਉਹ ਲੱਤਾਂ ਦੇ ਵਿੱਚ ਖਿੱਚਾਂ ਲੱਗੀਆਂ, ਇੱਕ ਮੂੰਹ ਦੇ ਵਿੱਚ ਇੱਕ ਬਲੱਡ ਦੀ ਨਾਲੀ, ਇੱਕ ਪਿਸ਼ਾਬ ਵਾਲੀ, ਅਸੀਂ ਤਾਂ ਇੰਨਾ ਕੁਛ ਵੇਖ ਕੇ ਵੇ ਸੀ, ਸਾਡੇ ਦਿਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰਿਹਾ ਵੀ ਇਹ ਪਤਾ ਨਹੀਂ ਠੀਕ ਹੋਊ ਜਾਂ ਨਾ ਹੋਊ। ਫਿਰ ਅਸੀਂ ਸੋਚਿਆ ਵੀ ਇੱਕ ਸਾਡੇ ਲੋਕਾਂ ਨੂੰ ਆਦਤ ਹੈ ਵੀ ਆਪਾਂ ਪ੍ਰਾਈਵੇਟ ਤੌਰ 'ਤੇ ਡਾਕਟਰ ਸਾਹਿਬ ਨੂੰ ਮਿਲੀਏ, ਕਿਉਂਕਿ ਇਹ ਬਹੁਤ ਵੱਡਾ ਕੰਮ ਹੈਗਾ ਸਾਨੂੰ, ਮਤਲਬ ਇੱਥੇ ਵੀ ਹੋ ਸਕਦਾ, ਕਿਉਂਕਿ ਪਹਿਲਾਂ ਸੁਣਦੇ ਰਹੇ ਹਾਂ ਵੀ ਵੱਡੇ ਹਸਪਤਾਲਾਂ ਵਿੱਚ ਇਸ ਤਰ੍ਹਾਂ ਕਰਕੇ ਰਿਸ਼ਵਤ ਚੱਲਦੀ ਹੈ। ਅਸੀਂ ਸੋਚਿਆ ਵੀ ਹੋ ਸਕਦਾ ਸਾਨੂੰ ਵੀ ਇਹ ਦੇਣੀ ਪੈ ਸਕਦੀ ਹੈ, ਘੱਟੋ ਘੱਟ ਜਿਹੜੇ ਡਾਕਟਰ ਨੇ ਸਾਨੂੰ ਉਹ ਵਿਖਾਇਆ ਉਸੇ ਨੇ ਓਪਰੇਸ਼ਨ ਕਰਿਆ ਹੋਊਗਾ, ਓਪਰੇਸ਼ਨ ਜਿਹੜੇ ਡਾਕਟਰ ਸਾਹਿਬ ਨੇ ਕਰਿਆ ਉਹੀ ਸਾਨੂੰ ਉਹ ਵਿਖਾ ਕੇ ਗਿਆ, ਉਹਦਾ ਨਾਮ ਤਾਂ ਘੱਟੋ ਘੱਟ ਸਾਡੇ ਧਿਆਨ 'ਚ ਹੋਵੇ। ਅਸੀਂ ਉਹ ਮੈਂ ਉਹ ਗੱਲ ਨੋਟ ਕਰ ਲਈ ਸੀਗੀ, ਡਾਕਟਰ ਨਰੋਤਮ ਦੀਵਾਨ ਲਿਖਿਆ ਹੋਇਆ ਸੀਗਾ, ਬਿੱਲਾ ਉੱਤੇ ਲੱਗਿਆ ਹੋਇਆ ਸੀ ਜੇਬ 'ਤੇ। ਉਸ ਤੋਂ ਬਾਅਦ 3-4 ਦਿਨਾਂ ਬਾਅਦ ICU ਵਾਰਡ ਦੇ ਵਿੱਚੋਂ ਜਦੋਂ ਸਾਡਾ ਪੇਸ਼ੈਂਟ ਉਹਨਾਂ ਨੇ ਜਨਰਲ ਵਾਰਡ ਦੇ ਵਿੱਚ ਭੇਜਿਆ, ਅਤੇ ਮੈਂ ਸੋਚਿਆ ਵੀ ਆਪਾਂ ਡਾਕਟਰ ਸਾਹਿਬ ਨੂੰ ਮਿਲ ਕੇ ਆਈਏ ਪ੍ਰਾਈਵੇਟ ਤੌਰ 'ਤੇ, ਸਾਨੂੰ ਸਾਡੇ ਇੱਕ ਮਤਲਬ ਦਿੱਕਤ ਹੈ ਵੀ ਸਾਡੇ ਆਮ ਲੋਕਾਂ ਨੂੰ ਇਹ ਧਾਰਨਾ ਵੀ ਜਿੰਨਾ ਚਿਰ ਡਾਕਟਰ ਪੈਸੇ ਨਹੀਂ ਲੈਂਦਾ ਟ੍ਰੀਟਮੈਂਟ ਨਹੀਂ ਹੁੰਦਾ, ਸਾਈਡ ਤੋਂ ਪੈਸੇ ਦੇਣੇ ਜਿਹੜੇ ਹੈਗੇ ਆ ਉਹ ਇੱਕ ਰਿਸ਼ਵਤ ਦੇ ਤੌਰ 'ਤੇ
ਅਸੀਂ ਸੋਚਿਆ ਸਾਨੂੰ ਵੀ ਇਹ ਦੇਣੀ ਬਣਦੀ ਹੈ, ਅਸੀਂ ਵੀ ਨਾਲੇ ਪ੍ਰਾਈਵੇਟ ਤੌਰ 'ਤੇ ਪਤਾ ਕਰੀਏ। ਮੈਂ ਉੱਥੇ ਰਿਸੈਪਸ਼ਨ 'ਤੇ ਪਤਾ ਕਰਿਆ ਵੀ ਇਸ ਨਾਮ ਦਾ ਡਾਕਟਰ ਜਿਹੜਾ ਹੈਗਾ ਉਹ ਕਿੱਥੇ ਮਿਲੂਗਾ। ਉਹਨਾਂ ਨੇ ਮੈਨੂੰ ਸਵਾਲ ਕਰਿਆ ਵੀ ਤੁਸੀਂ ਕਿਸ ਬੇਸ 'ਤੇ ਪੁੱਛਦੇ ਹੋ। ਮੈਨੂੰ ਉੱਥੇ ਦੋ ਤਿੰਨ ਦਿਨ ਲਾ ਕੇ ਮੈਨੂੰ ਕਿਸੇ ਬੰਦੇ ਨੇ ਕੋਈ ਸੌ ਪਤਾ ਨਾ ਦਿੱਤਾ ਵੀ ਡਾਕਟਰ ਕਿੱਥੇ ਰਹਿੰਦਾ, ਰੋਤਮ ਦੀਵਾਨ ਕੌਣ ਹੈ। ਫਿਰ ਮੈਨੂੰ ਇੱਕ ਸਾਈਡ ਤੋਂ ਪਤਾ ਲੱਗਿਆ ਵੀ ਉਹ ਕਿਜਰੂ ਨਗਰ ਦੇ ਵਿੱਚ ਰਹਿੰਦੇ ਹੈ। ਕਿਜਰੂ ਨਗਰ ਦੇ ਵਿੱਚ ਮੈਨੂੰ ਉੱਥੇ, ਹੁਣ ਮੈਨੂੰ ਨੰਬਰ ਯਾਦ ਨਹੀਂ ਕੋਠੀ ਦਾ ਨੰਬਰ ਕੀ ਸੀਗਾ, ਕਿਜਰੂ ਨਗਰ ਦੇ ਵਿੱਚ ਮੈਂ ਉੱਥੋਂ ਰਿਕਸ਼ਾ ਲਿਆ। ਇੱਕ ਆਪਾਂ ਨੂੰ ਮਤਲਬ ਇੱਕ ਫਰਜ਼ ਬਣਦਾ ਜਦੋਂ ਮਹਿਮਾਨ ਨਵਾਜ਼ੀ ਦੇ ਤੌਰ 'ਤੇ ਕਿਸੇ ਪਰਿਵਾਰ ਦੇ ਵਿੱਚ ਜਾਂਦੇ ਹਾਂ ਤਾਂ ਥੋੜ੍ਹਾ ਬਹੁਤ ਆਪਾਂ ਨੂੰ ਕੁਛ ਨਾ ਕੁਛ ਬੱਚਿਆਂ ਵਾਸਤੇ ਲੈ ਕੇ ਜਾਣਾ ਪੈਂਦਾ ਹੈ। ਮੈਂ ਉਦੋਂ ਮਈ ਦੇ ਵਿੱਚ ਅੰਬਾਂ ਦਾ ਟਾਈਮ ਸੀ, ਮੈਂ 2 ਕਿਲੋ ਅੰਬ ਵਧੀਆ ਲੈ ਕੇ ਬਾਜ਼ਾਰ ਦੇ ਵਿੱਚੋਂ, ਮੈਂ ਡਾਕਟਰ ਸਾਹਿਬ ਵਾਸਤੇ ਜਾਂਦੇ ਹਾਂ, ਖਾਲੀ ਤਾਂ ਜਾ ਨਹੀਂ ਸਕਦੇ। ਚਲੋ ਜੀ ਮੈਂ 2 ਕਿਲੋ ਅੰਬ ਉੱਥੋਂ ਲਏ ਅਤੇ ਮੈਂ ਕਿਚਲੂ ਉੱਥੋਂ ਲਿਆ ਰਿਕਸ਼ਾ ਡੀ ਐਮ ਸੀ ਦੇ ਬਾਰੀਓਂ ਅਤੇ ਮੈਂ ਕਿਚਲੂ ਨਗਰ, ਮੈਨੂੰ ਪਤਾ ਸੀ ਨਹੀਂ ਸੀ ਵੀ ਕਿੱਥੇ ਹੈ ਕਿਉਂਕਿ ਲੁਧਿਆਣੇ ਪਹਿਲੀ ਵਾਰ ਆਏ ਸੀ, ਕਿਤੇ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਰਿਕਸ਼ਾ ਲਿਆ ਕਿਚਲੂ ਨਗਰ, ਉਸ ਕੋਠੀ ਨੰਬਰ ਦੇ ਵਿੱਚ ਚਲੇ ਗਏ। ਮੈਨੂੰ ਇੱਥੋਂ ਤੱਕ ਵੀ ਪਤਾ ਨਹੀਂ ਸੀਗਾ ਵੀ ਮਤਲਬ ਉਹ ਸੀ 4-5 ਮੰਜ਼ਿਲਾ ਸੀਗਾ ਵੀ ਕਿਹੜੀ ਵੈਲ ਦਾ ਬਟਨ ਦੱਬਣਾ। ਮੈਂ ਸੋਚਿਆ ਵੀ ਸਾਰੀਆਂ ਇੱਕੋ ਹੀ ਹੋਣਗੀਆਂ, ਮੈਂ ਜਾ ਕੇ ਥੱਲੜੀ ਬਟਨ ਜਿਹੜਾ ਸੀਗਾ ਉਹ ਦੱਬਤਾ। ਉਹ ਥੱਲੜੀ ਮੰਜ਼ਿਲ ਵਾਲੇ ਆ ਗਏ, ਮੈਂ ਜੀ ਡਾਕਟਰ ਸਾਹਿਬ ਨੂੰ ਮਿਲਣਾ ਸੀ, ਕਹਿੰਦੇ ਭਾਈ ਸਾਹਿਬ ਇਦੋਂ ਉੱਪਰਲੀ ਜਿਹੜੀ ਹੈਗੀ ਹੈ ਬੈਲੋ ਤੁਸੀਂ ਦੱਬੋ। ਉੱਪਰਲੀ ਬੈਲ ਦੱਬੀ ਮੈਂ, ਉੱਤੋਂ ਮੈਡਮ ਨੇ ਸਾਨੂੰ ਦੱਸਿਆ ਵੀ ਤੁਸੀਂ ਉੱਪਰ ਆ ਜਾਓ, ਮੈਡਮ ਬੋਲਿਓ ਉੱਤੋਂ। ਮੈਂ ਉੱਪਰ ਚਲਾ ਗਿਆ, ਉੱਪਰ ਮੈਨੂੰ ਉੱਥੇ ਮਤਲਬ ਪੁੱਛਿਆ, ਗੱਲਬਾਤ ਕਰੀ, ਬਹਾਇਆ ਮੈਡਮ ਨੇ, ਉਹ ਕਹਿੰਦੇ ਭਾਈ ਬਹਿ ਜਾਓ। ਅਸੀਂ ਪੁੱਛਿਆ ਜੀ ਡਾਕਟਰ ਸਾਹਿਬ, ਕਹਿੰਦੇ ਜੀ ਆ ਜਾਂਦੇ ਆ 2 ਮਿੰਟ 'ਚ। ਲਗਭਗ ਕੋਈ 2-2.5 ਵਜੇ ਦੀ, 3 ਵਜੇ ਦੇ ਗਰੀਬ ਦੀ ਗੱਲ ਹੈ, ਦੁਪਹਿਰ ਤੋਂ ਬਾਅਦ ਪਿਛਲੇ ਪੈਰ ਉੱਥੇ ਮੈਨੂੰ ਬਹਾ ਲਿਆ, ਕਹਿੰਦੇ ਜੀ ਬਹਿ ਜਾਓ। ਮੈਨੂੰ ਪਾਣੀ ਧਾਣੀ ਪਿਆ, ਨਿੰਬੂ ਪਾਣੀ ਬਣਾ ਕੇ ਦਿੱਤਾ। ਮੈਂ ਸੋਚਿਆ ਡਾਕਟਰ ਸਾਹਿਬ ਨੂੰ ਮਿਲਣਾ ਸੀ, ਕਹਿੰਦੇ ਭਾਈ ਸਾਹਿਬ ਆ ਜਾਂਦੇ ਹੈ। ਮੈਡਮ ਨੇ ਮੈਨੂੰ ਪੁੱਛਿਆ ਵੀ ਇਹ ਲਿਫਾਫੇ 'ਚ ਕੀ ਹੈ। ਮੈਂ ਕਿਹਾ ਜੀ ਮੈਂ ਇੱਕ ਮਹਿਮਾਨ ਨਵਾਜ਼ੀ ਦੇ ਤੌਰ 'ਤੇ ਆਇਆ, ਮੈਂ ਥੋੜ੍ਹਾ ਜਿਹਾ ਘਰ ਪਰਿਵਾਰ ਦੇ ਵਿੱਚ ਆਪਾਂ ਹੁਣ ਇਸ ਤਰ੍ਹਾਂ ਖਾਲੀ ਕਿਵੇਂ ਆਈਏ ਤੁਹਾਡੇ ਘਰ, ਤੁਹਾਨੂੰ ਮਿਲਣਾ ਸੀਗਾ। ਕੁਛ ਨਹੀਂ ਇਹਦੇ ਵਿੱਚ ਖਾਲੀ ਹੈ। ਉਹ ਕਹਿੰਦੇ ਭਾਈ ਸਾਹਿਬ ਸਾਨੂੰ ਡਾਕਟਰ ਸਾਹਿਬ ਲੜਨਗੇ, ਇਹਨੂੰ ਤੁਸੀਂ ਆਪਦਾ ਮੁੜ ਕੇ ਝੋਲੇ 'ਚ ਪਾਓ। ਮੈਂ ਜੀ ਇਹ ਤਾਂ ਹੁਣ ਝੋਲੇ 'ਚ ਕਿਵੇਂ ਪਾਵਾਂਗੇ, ਤਾਂ ਮੈਂ ਲੈ ਕੇ ਆਇਆ ਬੱਚਾ ਵਾਸਤੇ ਦੇ ਕੇ ਜਾਊਂਗਾ, ਕੁਛ ਵੀ ਨਹੀਂ ਇਹ ਕੀ ਗੱਲ ਹੈ ਇਹਦੇ 'ਚ। ਉਹ ਕਹਿੰਦੇ ਜੀ ਸਾਨੂੰ ਡਾਕਟਰ ਸਾਹਿਬ ਨੇ ਮਨ੍ਹਾ ਕੀਤਾ ਹੋਇਆ, ਅਸੀਂ ਕੁਛ ਨਹੀਂ ਲੈਣਾ। ਬੜੀ ਮਿਹਨਤ ਉਹਨਾਂ ਨੇ ਮਤਲਬ ਇਸ ਗੱਲ ਦੇ ਉੱਤੇ ਅੜੀ ਕਰੀ, ਕਹਿੰਦੇ ਵੀ ਅਸੀਂ ਲੈਣੇ ਨਹੀਂ ਕੁਛ, ਸਾਨੂੰ ਡਾਕਟਰ ਸਾਹਿਬ ਨੇ ਕਿਹਾ ਅਸੀਂ ਕਿਸੇ ਤੋਂ ਕੁਛ ਨਹੀਂ ਲੈਂਦੇ, ਇਹ ਲੈਣਾ ਮਨ੍ਹਾ ਕੀਤਾ ਹੋਇਆ। ਚਲੋ ਜੀ ਮੈਂ ਮੋੜ ਕੇ ਝੋਲੇ 'ਚ ਪਾ ਲਿਆ। ਮੈਂ ਚਲੋ ਕਈ ਵਾਰੀ ਜਦੋਂ ਪਹਿਲੀ ਵਾਰ ਆਪਾਂ ਮਿਲੇ ਹਾਂ, ਕਈ ਵਾਰੀ ਗੱਲ ਇਸ ਗੱਲ ਨੂੰ ਆਪਾਂ ਦੁਬਾਰੇ ਨਹੀਂ ਕੰਪੈਲ ਕਰ ਸਕਦੇ। ਕਈ ਵਾਰੀ ਅਗਲੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਵਿਚਾਰ ਬਣਦਾ ਹੈ, ਜਾਂ ਕਹਿੰਦੇ ਤਾਂ ਆਪਾਂ ਨੂੰ ਕਰਨਾ ਚਾਹੀਦਾ। ਮੈਂ ਮੁੜ ਕੇ ਪਾ ਲਿਆ, ਪਾ ਕੇ 10-15 ਮਿੰਟਾਂ ਦੇ ਵਿੱਚ ਬਾਅਦ ਡਾਕਟਰ ਸਾਹਿਬ ਆ ਗਏ। ਡਾਕਟਰ ਸਾਹਿਬ ਨੇ ਆ ਕੇ ਮੈਨੂੰ ਤਾਲਮੇਲ ਕੀਤਾ, ਪੁੱਛਿਆ ਪੂਰਾ ਪਰਿਵਾਰ ਦਾ ਜਿਹੜਾ ਸੀਗਾ ਉਹ ਪੂਰੀ ਡਿਟੇਲ, ਕਿਸ ਕਿੱਥੋਂ ਆਏ ਹੋ, ਕਿਉਂ ਕਿਉਂਕਿ ਸਾਡੀ ਕਿਹੜਾ ਕੋਈ ਪਹਿਲਾਂ ਜਾਣ ਪਛਾਣ ਸੀਗੀ, ਕੋਈ ਤਾਲਮੇਲ ਸੀ, ਪਹਿਲੀ ਵਾਰ ਲੁਧਿਆਣੇ ਆਏ ਸੀ। ਡਾਕਟਰ ਸਾਹਿਬ ਨੇ ਸਾਨੂੰ ਪੁੱਛਿਆ ਵੀ ਕਿੱਥੋਂ ਆਏ ਹੋ ਭਾਈ, ਕਿੰਨੇ ਭਾਈ ਹੋ, ਕੀ ਕਾਰੋਬਾਰ ਹੈ, ਕਿਸ ਤਰ੍ਹਾਂ ਦਾ, ਕਿਵੇਂ ਕੀ ਮਾਹੌਲ ਹੈ, ਸਾਰਾ ਮੈਥੋਂ ਪੂਰਾ ਉਹਨਾਂ ਨੇ ਡਾਟਾ ਲਿਆ। ਮੈਨੂੰ ਕਹਿੰਦੇ ਵੀ ਤੁਸੀਂ ਮਤਲਬ ਇਹਨੇ ਮੈਡਮ ਨੂੰ ਇਸ਼ਾਰਾ ਕਰਤਾ ਵੀ ਭਾਈ ਨਿੰਬੂ ਪਾਣੀ ਬਣਾਓ ਤੁਸੀਂ। ਮੈਂ ਜੀ ਮੈਂ ਤਾਂ ਹੁਣੇ ਪੀਤੇ ਨੇ ਜੀ, ਕਹਿੰਦੇ ਦੁਬਾਰੇ ਫਿਰ ਬਣਾਓ ਤੁਸੀਂ। ਮੈਨੂੰ ਦੁਬਾਰੇ ਫਿਰ ਨਿੰਬੂ ਪਾਣੀ ਪਿਆ, ਮੈਂ ਬੈਠ ਕੇ ਉੱਥੇ 5-4 ਮਿੰਟਾਂ 'ਚ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਜੀ ਸਾਡਾ ਪੇਸ਼ੈਂਟ ਕਿਸ ਤਰ੍ਹਾਂ ਹੈ। ਉਹ ਕਹਿੰਦੇ ਜੀ ਪੇਸ਼ੈਂਟ ਭਾਈ ਤੁਹਾਡਾ ਕਰਨਾ ਪਰਮਾਤਮਾ ਨੇ ਹੈ, ਅਸੀਂ ਤਾਂ ਇਲਾਜ ਕਰਨ ਵਾਲੇ ਹਾਂ, ਤੁਸੀਂ ਜਿਹੜਾ ਹੈਗਾ ਆਪਦਾ ਫਰਜ਼ ਪੂਰਾ ਕਰ ਰਹੇ ਹੋ, ਅਸੀਂ ਆਪਦਾ ਫਰਜ਼ ਪੂਰਾ ਕਰ ਰਹੇ ਹਾਂ, ਪਰਮਾਤਮਾ ਠੀਕ ਕਰੋ, ਇਲਾਜ ਅਸੀਂ ਕਰ ਰਹੇ ਹਾਂ, ਠੀਕ ਹੋ ਜੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਹਜੇ ਟਾਈਮ ਥੋੜ੍ਹਾ ਸੱਟ ਜ਼ਿਆਦਾ ਸੀਗੀ, ਕੁਛ ਇਹਦੇ ਬਾਰੇ ਕਲੀਅਰ ਤਾਂ ਕਹਿ ਨਹੀਂ ਸਕਦੇ, ਪਰ ਕੋਸ਼ਿਸ਼ ਹੈ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਡਾਕਟਰ ਦਾ ਫਰਜ਼ ਬਣਦਾ ਉਹ ਅਸੀਂ ਪੂਰਾ ਕਰ ਰਹੇ ਹਾਂ। ਚਲੋ ਜੀ ਮੈਂ ਡਾਕਟਰ ਸਾਹਿਬ ਮੈਂ ਫਿਰ ਮਤਲਬ ਠੀਕ ਹੈ ਚਲੋ ਕੋਈ ਗੱਲ ਨਹੀਂ, ਅਤੇ ਅਸੀਂ ਮਤਲਬ ਮੈਂ ਤੁਹਾਨੂੰ ਇੱਕ ਤੁਹਾਡੇ ਵਾਸਤੇ ਇੱਕ ਮਿਲਣੀ ਦੇ ਤੌਰ 'ਤੇ ਆਇਆ, ਆਹ ਤਾਂ ਮੈਂ ਜਿਹੜਾ ਹੈਗਾ ਦੇ ਕੇ ਜਾਊਂਗੇ, ਤੁਸੀਂ ਹੋਰ ਦੱਸੋ ਹੋਰ। ਡਾਕਟਰ ਸਾਹਿਬ ਕਹਿੰਦੇ ਕੀ, ਮੈਂ ਕਿਹਾ ਭਾਈ ਐਂ ਨਹੀਂ, ਮਤਲਬ ਜਿਹੜਾ ਕੋਈ ਸਾਡਾ, ਮੈਨੂੰ ਤੁਸੀਂ ਦੱਸੋ ਜਿਹੜਾ ਆਮ ਰੀਤ ਜਿਹੜੀ ਚੱਲਦੀ ਹੈ ਆਪਣੀ ਦੁਨੀਆਦਾਰੀ ਕਰਦੇ ਆ ਲੋਕ, ਉਹ ਮੈਂ ਕਰਨਾ ਆ। ਉਹ ਕਹਿੰਦਾ ਵੀ ਅਸੀਂ ਤਾਂ ਇਹ ਕੰਮ, ਡਾਕਟਰ ਸਾਹਿਬ ਕਹਿੰਦੇ ਅਸੀਂ ਇਹ ਕੰਮ ਨਹੀਂ ਕਰਦੇ। ਮੈਂ ਜੀ ਫਿਰ ਇਹ ਤਾਂ ਮਤਲਬ ਮੈਂ 5,000 ਰੁਪਏ ਦੀ ਗੁੱਟੀ ਜੇਬ 'ਚੋਂ ਕੱਢ ਕੇ ਮੈਂ ਡਾਕਟਰ ਸਾਹਿਬ ਨੂੰ ਫੜਾਉਣ ਲੱਗਿਆ। ਉਹ ਕਹਿੰਦਾ ਵੀ ਅਸੀਂ ਇਹ ਕੰਮ ਕਰਦੇ ਨਹੀਂ, ਅਸੀਂ ਕਿਸੇ ਨੂੰ ਕੁਛ ਦਿੰਦੇ ਹਾਂ, ਕਿਸੇ ਤੋਂ ਕੁਛ ਲੈਂਦੇ ਨਹੀਂ।
ਮੈਂ ਜੇ ਤੁਸੀਂ ਜੀਵਨ ਦਾਨ ਦਿੰਦੇ ਹੋ ਇਸ ਤੋਂ ਵੱਡਾ ਦਾਨ ਤਾਂ ਹੋਰ ਹੋ ਨਹੀਂ ਸਕਦਾ, ਅਸੀਂ ਤਾਂ ਉਹਦੇ ਬਦਲੇ ਕੁਛ ਦੇ ਨਹੀਂ ਸਕਦੇ। ਬਾਲਾ ਕੀ ਤੁਹਾਨੂੰ ਅਸੀਂ ਦਸਾਂ ਪੰਦਰਾਂ ਮਿੰਟਾਂ ਦੀ ਇਹ ਚਿਕ ਚਿਕ ਦੇ ਵਿੱਚ ਮੈਂ 5,000 ਰੁਪਈਆ ਅਲਮਾਰੀ 'ਤੇ ਧਰਿਆ, ਮੈਂ ਕਿਹਾ ਜੀ ਮੈਂ ਆਪਦੀ ਸਿਸਟਰ ਨੂੰ ਦੇ ਕੇ ਜਾਂਦਾ, ਕੱਪੜੇ ਬਣਾ ਲੈਣਗੇ। ਇੰਨੇ ਦਬਾਅ 'ਤੇ ਡਾਕਟਰ ਸਾਹਿਬ ਕੁਛ ਨਹੀਂ ਬੋਲੇ ਮੈਨੂੰ, ਮੈਨੂੰ ਕਹਿੰਦੇ ਚੰਗਾ ਤੂੰ ਜਿਵੇਂ ਤੇਰੀ ਮਰਜ਼ੀ ਆ ਉਵੇਂ ਕਰ ਲਾ, ਅਸੀਂ ਲੈਂਦੇ ਕੁਛ ਨਹੀਂ ਆ, ਇਹ ਲੈਣਾ ਨਹੀਂ ਅਸੀਂ। ਮੈਂ ਧੱਕੇ ਨਾਲ 5,000 ਰੁਪਇਆ ਅਲਮਾਰੀ ਦੇ ਉੱਤੇ ਧਰਿਆ ਜੀ, ਅਲਮਾਰੀ 'ਤੇ ਧਰਿਆ, ਮੈਂ ਥੱਲੇ ਉਤਰਿਆ। ਚਲੋ ਆਪਦੇ ਮਨ ਨੂੰ ਸ਼ਾਂਤੀ ਆ ਗਈ ਵੀ ਆਪਾਂ ਰੁਪਈਏ ਡਾਕਟਰ ਸਾਹਿਬ ਨੂੰ ਦਿੱਤੇ, ਆਪਣਾ ਪੇਸ਼ੈਂਟ ਠੀਕ ਹੋ ਜਾਓ, ਆਪਣਾ ਜਿਹੜਾ ਦੁਨੀਆਦਾਰੀ ਵਾਲਾ ਫਰਜ਼ ਸੀ ਪੂਰਾ ਕਰਤਾ, ਜਿਵੇਂ ਲੋਕ ਕਰਦੇ ਆਪਾਂ ਵੀ ਉਵੇਂ ਕੀਤਾ। ਚਲੋ ਜੀ ਮੈਂ ਆ ਗਿਆ ਆਪਦਾ ਵਾਰਡ ਦੇ ਵਿੱਚ, ਪੇਸ਼ੈਂਟ ਕੋਲ ਬਹਿ ਗਿਆ, ਦਿਨ ਛਿਪਿਆ, ਰਾਤ ਬੀਤੀ, ਸਵੇਰੇ 9:30 ਡਾਕਟਰ ਸਾਹਿਬ ਆਪਦੇ ਘਰੋਂ ਚੱਲੇ, ਆ ਕੇ ਸਿੱਧੇ ਮੇਰਾ ਖਿਆਲ ਹੈ 9:45 ਉਹ ਆਫਿਸ, 9:30 ਇਹ ਜਿਹਾ ਕੁਛ ਟਾਈਮ ਹੋਣਾ, ਆ ਕੇ ਸਿੱਧੇ ਆਫਿਸ ਨਹੀਂ ਗਏ, ਮੇਰੇ ਕੋਲ ਬੈੱਡ 'ਤੇ ਆ ਗਏ, ਪੇਸ਼ੈਂਟ ਨੂੰ ਚੈੱਕਅਪ ਕਰਕੇ ਸਾਰਾ ਵੇਖ ਕੇ ਕਹਿੰਦੇ ਕਿਵੇਂ ਹੈ। ਮੈਂ ਠੀਕ ਹੈ ਜੀ। ਮੈਨੂੰ ਕਹਿੰਦੇ ਆ ਮਿਸਤਰੀ ਤੇਰੀ ਚਿੱਠੀ ਆਈ ਹੈ, ਮੈਨੂੰ ਚਿੱਠੀ ਫੜਾ ਕੇ ਡਾਕਟਰ ਸਾਹਿਬ। ਮੈਂ ਸੋਚਿਆ ਵੀ ਡਾਕਟਰ ਸਾਹਿਬ ਨੇ ਕੋਈ ਰਿਸ਼ਤੇਦਾਰੀ ਨਹੀਂ ਆਉਣ ਨੇ, ਕੋਈ ਜਾਣ ਨੇ, ਕੋਈ ਜਾਣ ਨੇ, ਕੋਈ ਪਛਾਣ ਨੇ, ਸਿਰਫ ਹਸਪਤਾਲ ਦੇ ਵਿੱਚ ਸਾਡਾ ਪੇਸ਼ੈਂਟ ਠੀਕ ਰਿਹਾ। ਉਹਦੇ 'ਤੇ ਇੰਨੇ ਹੀ ਸਾਨੂੰ ਮਤਲਬ ਵੱਧ ਤੋਂ ਵੱਧ ਕੀ ਸੀਗਾ ਵੀ ਥੋੜ੍ਹੀ ਬਹੁਤ ਮੁਲਾਕਾਤ ਸਾਡੀ ਹੋਈ, ਸਾਡੀ ਤਾਂ ਕੋਈ ਨੇੜਤਾ ਇਸ ਤਰ੍ਹਾਂ ਦੀ ਹੈ ਹੀ ਨਹੀਂ ਸੀ ਵੀ ਇਹ ਡਾਕਟਰ ਸਾਹਿਬ ਕੋਲ ਚਿੱਠੀ ਕਿੱਥੋਂ ਆ ਗਈ। ਡਾਕਟਰ ਸਾਹਿਬ ਇੰਨੀ ਗੱਲ ਕਹਿ ਕੇ ਚਲੇ ਗਏ, ਬਾਕੀ ਦੇ ਪੇਸ਼ੈਂਟ ਵੀ ਵੇਖਣੇ ਵੀ ਇਹ ਡਾਕਟਰ ਸਾਹਿਬ ਇਹਨਾਂ ਕੋਲ ਕਿਵੇਂ ਆਏ ਅਤੇ ਇਹ ਕਾਗਜ਼ ਜਾਂ ਕਿਵੇਂ ਫੜਾ ਕੇ ਗਏ, ਚਿੱਠੀ ਫੜਾ ਗਏ। ਹੁਣ ਮੈਨੂੰ ਚੈਨ ਕਿੱਥੇ? ਮੈਂ ਸੋਚਿਆ ਵੀ ਡਾਕਟਰ ਸਾਹਿਬ ਨੂੰ ਚਿੱਠੀ ਕੌਣ ਫੜਾ ਗਿਆ, ਕਿੱਥੋਂ ਡਾਕਟਰ ਸਾਹਿਬ ਕੋਲ ਚਿੱਠੀ ਆ ਗਈ? ਮਹਾ ਮਿੱਤਰਾ ਰੁਪਈਏ ਮੁੜਿਆ, ਮੈਨੂੰ ਕਿੱਥੇ ਚੈਨ? ਡਾਕਟਰ ਸਾਹਿਬ ਮੁੜ ਗਏ, ਮੈਂ ਉੱਠਿਆ ਉੱਥੋਂ ਤੇ ਮੈਂ ਭਾਈ ਪਾਣੀ ਪੀਣ ਦੇ ਬਹਾਨੇ ਕੂਲਰ ਕੋਲ ਵਗ ਗਿਆ, ਜਾ ਕੇ ਚਿੱਠੀ ਪਾੜੀ, ਉਹਦੇ ਵਿੱਚ 500 ਦੇ 10 ਨੋਟ ਨਵੇਂ ਨਿਕਲੇ। ਮੈਂ ਸੋਚਿਆ ਯਾਰ ਭਗਵਾਨ ਦਿਲਾਂ ਦੇ ਵਿੱਚ ਵੱਸਦਾ ਹੈ, ਇਹੋ ਜਿਹੇ ਲੋਕ ਇਸ ਤਰ੍ਹਾਂ ਦੇ ਇਨਸਾਨ ਵੀ ਇਸ ਦੁਨੀਆ 'ਤੇ ਪਏ ਹੈ ਜਿਹੜੇ ਪੇਸ਼ੈਂਟ ਕੋਲ ਆ ਕੇ ਜਾਣ ਨਹੀਂ ਪਛਾਣ ਨਹੀਂ 5,000 ਰੁਪਈਆ ਪੇਸ਼ੈਂਟ ਕੋਲ ਆ ਕੇ ਮੋੜ ਕੇ ਫੜਾ ਗਏ। ਮਾਇਆ ਕਿਹਨੇ ਤੇਗੀ ਹੈ? ਕੌਣ ਬੰਦਾ ਇਸ ਗੱਲ ਦਾ? ਮਤਲਬ ਮੈਂ ਆਪਦੇ ਦਿਲ ਤੋਂ ਕਹਿ ਰਿਹਾ ਵੀ ਇਹ ਗੱਲ ਬਿਲਕੁਲ 16 ਨੇ ਸੱਚੀ ਹੈ, ਮੇਰੇ ਨਾਲ ਹਕੀਕਤ ਵਾਪਰੀ ਹੈ। ਇਹ ਘਟਨਾ ਕਹਿ ਲਓ, ਕੁਦਰਤ ਦਾ ਕ੍ਰਿਸ਼ਮਾ ਕਹਿ ਲਓ, ਉਸ ਇਨਸਾਨ ਦੇ ਦਿਲ ਦੇ ਵਿੱਚ ਪਤਾ ਨਹੀਂ ਕੀ ਵਸਿਆ, ਜਾਂ ਇਹੋ ਜਿਹੇ ਇਨਸਾਨ ਵੀ ਪਏ ਜਿਹੜੇ ਮਤਲਬ ਇੱਕ ਗਰੀਬ ਦੇ ਨਾਲ ਹਮਦਰਦੀ ਕਰਦੇ, ਇਨਸਾਨ ਇਨਸਾਨੀਅਤ ਦੀ ਪਹਿਚਾਣ ਕਰਦੇ। ਮੈਂ ਸੋਚਿਆ 5,000 ਰੁਪਇਆ ਮੁੜਿਆ ਆ, ਇਹ ਗੱਲ ਮੈਨੂੰ ਸੱਚ ਨਾ ਲੱਗੇ, ਸੁਪਨੇ ਦੀ ਤਰ੍ਹਾਂ ਹੋ ਗਿਆ ਮੈਨੂੰ। ਮੈਂ ਅੱਜ ਤੱਕ ਮਤਲਬ ਦਿਲ ਦੇ ਵਿੱਚ ਇਹ ਰਿਕਾਰਡ ਕੀਤਾ ਹੋਇਆ ਵੀ ਮੇਰੇ ਕੋਲ ਉਹ ਚਿੱਠੀ ਸੀ ਜਿਹੜੀ ਏਅਰਮੇਲ ਦਾ ਲਿਫਾਫਾ ਸੀ, ਅੱਜ ਤੱਕ ਮੇਰੇ ਕੋਲ ਸੰਭਾਲਿਆ ਪਿਆ। ਉਸ ਇਨਸਾਨ ਦੀ ਮੈਂ ਕਦਰ ਕਰਦਾ ਜਿਹਨੇ ਆਪਦੇ ਇੱਕ ਪੇਸ਼ੇ ਨੂੰ ਇੱਕ ਧਰਮ ਦੇ ਨਾਂ ਦੇ ਉੱਤੇ ਸਹੀ ਤਰੀਕੇ ਨਾਲ ਅਪਣਾਇਆ ਹੋਇਆ। ਉਹ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਨਾਲ ਉਸ ਡਾਕਟਰ ਸਾਹਿਬ ਦਾ ਇੱਕ ਪਰਿਵਾਰਕ ਰਿਲੇਸ਼ਨ ਬਣ ਗਈ, ਕਿਉਂਕਿ ਮੈਂ ਵੀ ਇਹ ਸੋਚਿਆ ਵੀ ਇਸ ਦੁਨੀਆ ਦੇ ਉੱਤੇ ਚੋਰ ਨਹੀਂ ਇਨਸਾਨ ਵੀ ਹੈਗੇ ਆ, ਠੱਗ ਨਹੀਂ ਬਦਮਾਸ਼ ਨਹੀਂ ਇਨਸਾਨ, ਉਸ ਮਾਲਕ ਦੇ ਪੁੱਤਰ ਵੀ ਹੈਗੇ ਨੇ, ਵੱਸਦੇ ਆ ਸਾਰੇ ਦਿਲਾਂ ਦੇ ਵਿੱਚ। ਚੋਰੀ ਨਹੀਂ ਹੈ, ਇੱਕ ਧਰਮ ਦੇ ਨਾਂ 'ਤੇ ਵੀ ਦੁਨੀਆ ਹੈਗੀ ਹੈ, ਕੁਝ ਸਾਰੇ ਇੱਕੋ ਜਿਹੇ ਨਹੀਂ ਹੈਗੇ। ਮੈਂ ਸੋਚਿਆ ਇਹੋ ਜਿਹੇ ਇਨਸਾਨ ਵੀ ਹੈਗੇ, ਫਿਰ ਵੀ ਅੱਜ ਸਵੇਰ ਮਤਲਬ ਸਾਡਾ ਪੇਸ਼ੈਂਟ ਠੀਕ ਹੋ ਗਿਆ। ਮੇਰਾ ਖਿਆਲ ਹੈ ਵੀ ਮੈਂ ਨਹੀਂ ਜ਼ਿਆਦਾ ਇਹ ਗਿਣ ਕੇ ਦੱਸਾਂ, 30-35 ਕੇਸ, ਉਸ ਤੋਂ ਬਾਅਦ 5-4 ਕੇਸ ਤਾਂ ਆਪਦੇ ਪਰਿਵਾਰ ਦੇ ਓਪਰੇਸ਼ਨ, ਵੱਡੇ ਵੱਡੇ ਭਤੀਜੀ ਦਾ, ਗੁਰਦੇ ਦਾ, ਇੱਕ ਭਾਈ ਦਾ ਗੋਡੇ ਦਾ, ਇੱਕ ਹੋਰ ਰਿਸ਼ਤੇਦਾਰ ਦਾ ਲੱਤ ਦਾ, ਬਜ਼ੁਰਗਾਂ ਦਾ, ਪਿੱਤੇ ਦਾ, ਮੇਰੇ ਕੋਲ ਹੁਣ ਗਿਣਤੀ ਨਹੀਂ, ਮੈਂ ਗਿਣਤੀ ਕਰਾਂ ਤਾਂ ਗਿਣ ਕੇ ਦੱਸ ਸਕਦਾ। ਮੇਰਾ ਖਿਆਲ ਹੈ ਵੀ 25-30 ਓਪਰੇਸ਼ਨ ਵੱਡੇ ਵੱਡੇ, ਮੇਰੇ ਇੱਕ ਤਾਏ ਦੇ ਲੜਕੇ ਦਾ ਵੱਡੀ ਅੰਤੜੀ ਦਾ ਓਪਰੇਸ਼ਨ, ਵੱਡੀ ਅੰਤੜੀ ਬਿਨਾਂ, ਉਹ ਡਾਕਟਰ ਸਾਹਿਬ ਨੇ ਜਦੋਂ ਮਤਲਬ ਆ ਕੇ ਅਸੀਂ ਡਾਕਟਰ ਸਾਹਿਬ ਨੂੰ ਵਿਖਾਇਆ, ਪੇਸ਼ੈਂਟ ਨੂੰ ਪੌੜੀਆਂ ਚੜ੍ਹਨ ਤੋਂ ਪਹਿਲਾਂ ਕਹਿੰਦਾ ਇਹਦੀ ਵੱਡੀ ਅੰਤੜੀ ਗਲ ਗਈ, ਤੁਸੀਂ ਪਹਿਲਾਂ ਨਾ ਲੈ ਕੇ ਮੈਨੂੰ ਅੜਾਂਭਾ ਦਿੱਤਾ। ਅਸੀਂ ਕਿਹਾ ਜੀ ਲੇਟ ਹੋ ਗਏ, ਹੁਣ ਕੀ ਕਰੀਏ ਦੱਸੋ, ਮਤਲਬ ਸਫ਼ਰ ਦੂਰ ਦਾ ਸੀਗਾ, ਕੁਛ ਕੰਮ ਕਾਰ ਦੇ ਟਾਈਮ ਸੀ, ਪੇਸ਼ੈਂਟ ਤੰਗ ਹੋਇਆ, ਅਸੀਂ ਲੇਟ ਹੋ ਗਏ। ਸੋਚਿਆ ਵੀ ਚਲੋ
ਇੰਨੀਆਂ ਮਤਲਬ ਸਖ਼ਤ ਸਖ਼ਤ ਮਿਹਨਤ ਕਰਕੇ ਸਾਡੇ ਇਹੋ ਜਿਹੇ ਪੇਸ਼ੈਂਟ ਇਹਨਾਂ ਡਾਕਟਰ ਸਾਹਿਬ ਨੇ ਠੀਕ ਕਰੇ ਹੈ ਜਿਹੜੇ DMC ਵੀ ਸੰਭਾਲਦਾ ਨਹੀਂ ਸਾਡਾ ਇਹਨਾਂ ਨੇ ਮਤਲਬ ਮਿੱਤਰਤਾ ਕਹਿ ਲਓ ਇੱਕ ਫਰਜ਼ ਕਹਿ ਲਓ ਜਿੰਨਾ ਕੰਮ ਕਰਵਾਇਆ ਸਾਨੂੰ ਨਹੀਂ ਪਤਾ ਵੀ ਸਾਡੇ ਵਾਸਤੇ ਜਾਂ ਦੁਨੀਆ ਵਾਸਤੇ ਹੈ ਘੱਟ ਤੋਂ ਘੱਟ ਪੈਸਾ ਵਧੀਆ ਤੋਂ ਵਧੀਆ ਕੰਮ ਜਿੰਨੇ ਓਪਰੇਸ਼ਨ ਅਸੀਂ ਕਰਵਾਏ 25-30 ਓਪਰੇਸ਼ਨ ਮੇਰੇ ਹੱਥੀਂ ਹੋ ਗਏ ਮੈਨੂੰ ਇਹ ਲੱਗਦਾ ਵੀ ਇਹ ਮੇਰਾ ਆਪਦਾ ਹਸਪਤਾਲ ਹੈ ਮੇਰਾ ਆਪਦਾ ਘਰ ਹੈ ਮੈਨੂੰ ਇਹ ਨਹੀਂ ਲੱਗਦਾ ਮੈਂ ਹਸਪਤਾਲ ਆਇਆ ਮੈਨੂੰ ਇਹ ਲੱਗਦਾ ਮੈਂ ਆਪਦੇ ਘਰ ਆਇਆ ਮੈਨੂੰ ਇੰਨਾ ਪਿਆਰ ਸਤਿਕਾਰ ਮਿਲਦਾ ਕਮਾਈ ਹਰੇਕ ਦੁਨੀਆ ਨੇ ਕਰਦੀ ਹੈ ਹੁੰਦੀ ਹੈ ਕਰਦੇ ਆਏ ਹੈ ਪਰ ਇਸ ਹਸਪਤਾਲ ਦੇ ਵਿੱਚ ਇਹਨਾਂ ਦਾ ਮਤਲਬ ਇੱਕ ਮੈਨੂੰ ਤਾਂ ਇਹ ਲੱਗਦਾ ਵੀ ਸਾਰਿਆਂ ਮਰੀਜ਼ਾਂ ਸਾਰਿਆਂ ਪੇਸ਼ੈਂਟਾਂ ਸਾਰੇ ਜਿੰਨੇ ਇੱਥੇ ਆਉਂਦੇ ਹੈ ਸਾਰਿਆਂ ਨਾਲ ਹੀ ਇਹੋ ਜਿਹਾ ਵਰਤਾਓ ਹੋਊਗਾ ਮੈਨੂੰ ਘੱਟ ਤੋਂ ਘੱਟ ਪੈਸਾ ਵੱਧ ਤੋਂ ਵੱਧ ਵਧੀਆ ਕੰਮ ਮੇਰਾ ਅੱਜ ਤੱਕ ਕੋਈ ਵੀ ਪੇਸ਼ੈਂਟ ਅਸਫਲ ਨਹੀਂ 100 ਦਾ 100% ਬਿਲਕੁਲ ਸਹੀ ਨਾ ਓਪਰੇਸ਼ਨ ਛੋਟਾ ਹੋਵੇ ਚਾਹੇ ਵੱਡੇ ਤੋਂ ਵੱਡਾ ਹੋਵੇ ਜਿਹੜੇ DMC ਨੇ ਜਵਾਬ ਦੇਤਾ ਉਹ ਵੀ ਮੇਰੇ ਇਸ ਹਸਪਤਾਲ ਦੇ ਵਿੱਚ ਸਫਲ ਹੋ ਕੇ ਗਏ ਹੈ ਮੈਂ ਤਾਂ ਇਹ ਡਾਕਟਰ ਸਾਹਿਬ ਦਾ ਦਿਨ ਨਹੀਂ ਦੇ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਵੀ ਮੈਂ ਇਹਨਾਂ ਦਾ ਕਿਹੜੀਆਂ ਗੱਲਾਂ ਨਾਲ ਧੰਨਵਾਦ ਕਰਾਂ ਸਤਿ ਸ਼੍ਰੀ ਅਕਾਲ ਚਲੋ ਆਪਣੀ ਦੋਸਤੀ ਹੈ ਦੋਸਤੀ ਰਹੇਗੀ ਸਾਰੀ ਉਮਰ ਹਾਂਜੀ ਹਾਂਜੀ ਦੋਸਤੀ ਦਾ ਕੋਈ ਮੁੱਲ ਥੋੜ੍ਹਾ ਹੁੰਦਾ ਹਾਂਜੀ ਹਾਂਜੀ